ਆ ਜਾਓ ਅੱਜ ਤੁਹਾਨੂੰ ਲੈ ਚੱਲਦੇ ਹਾਂ ਆਪਾਂ ਸੇਖੋਂ ਸਟੱਡ ਫਾਰਮ ਰਣੀਆ, ਜ਼ਿਲ੍ਹਾ ਮੋਗਾ। ਇਹ ਪਿੰਡ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਅੱਜ ਤੁਹਾਨੂੰ ਦੁੱਧ ਦੰਦ ਬਸ਼ੇਰਾ ਦਿਖਾਉਣਾ, ਮਾਰਵਾੜੀ, ਉਸ ਘੋੜੇ ਦਾ ਬੱਚਾ ਜਿਹਦੇ ਚਰਚੇ ਰਹਿੰਦੇ ਆ। ਬਸ਼ੇਰੇ ਦਾ ਨਾਂ ਜੀ ਗ੍ਰੇਟ ਅਸ਼ੋਕਾ। ਬਾਈ ਲਾਡੀ ਸੇਖੋਂ ਤਾਂ ਸਾਰੇ ਆਪਣੇ ਘੋੜਿਆਂ ਵਾਲੇ ਜਾਣਦੀ ਆ, ਕਿਉਂਕਿ ਬਾਈ ਕੋਲ ਘੋੜਾ ਜੀ ਨੁਕਰਾ ਇੱਕ ਵਾਈਟ ਕੋਬਰਾ, ਬੜੇ ਸ਼ੋਅ ਜਿੱਤਿਆ ਉਸ ਘੋੜੇ ਨੇ। ਪਰ ਅੱਜ ਬਾਈ ਦਾ ਬਸ਼ੇਰਾ ਆਪਾਂ ਲਾਂਚ ਕਰਨ ਲੱਗੇ ਹਾਂ, ਮਾਰਵਾੜੀ ਗ੍ਰੇਟ ਅਸ਼ੋਕਾ, ਭਾਰਤ ਰਤਨ ਘੋੜੇ ਦਾ ਪੁੱਤ, ਦੇਵਰਾਜ ਰਣੀਆਂ ਦਾ ਪੋਤਾ ਅਤੇ ਦਿਲਬਾਗ ਦਾ ਪੜੋਤਾ। ਉਹ ਦੋਵੇਂ ਘੋੜੇ ਵੀ ਬਾਈ ਦੇ ਪਿੰਡੇ ਨੇ, ਬਾਈ ਸਨੀ ਗਿੱਲ ਹੋਰਾਂ ਕੋਲ। ਜਿਹਦੀ ਆਪਾਂ ਮਦਰ ਸਾਈਡ ਤੋਂ ਗੱਲ ਕਰੀਏ, ਇਹਦੀ ਮਾਂ ਬਹੁਤ ਵੱਡੀ ਘੋੜੀ ਆ, ਸ਼ਾਨਦਾਰ ਘੋੜੇ ਦੀ ਬੱਚੀ। ਬੋਟਰ ਸਟੱਡ ਫਾਰਮ ਥੂਹੀ ਨਾਭਾ, ਉਸ ਫਾਰਮ ਦੇ ਉੱਪਰ ਬਰੀਡ ਹੋਇਆ ਬਾਈ ਜਸਪ੍ਰੀਤ ਬੋਟਰ ਅਤੇ ਬਾਈ ਕਮਲ ਬੋਟਰ। ਅਤੇ ਇਹ ਬਸ਼ੇਰਾ ਬਾਈ ਨੂੰ ਬਾਈ ਰਫੀਕ ਖਾਨ ਨਾਭਾ ਨੇ ਦਵਾਇਆ। ਬਹੁਤ ਪਿਆਰਾ ਸੱਜਣਾ ਬਾਈ ਰਫੀਕ ਖਾਨ, ਅਤੇ ਬਾਈ ਕਹਿੰਦਾ ਮੈਨੂੰ ਬਹੁਤ ਵਧੀਆ ਜਾਨਵਰ, ਚੰਗੇ ਜਾਨਵਰ ਦਵਾਇਆ। ਆਹ ਬਸ਼ੇਰਾ ਵੀ ਬਾਈ ਨੂੰ ਬਾਈ ਰਫੀਕ ਨਹੀਂ ਦਵਾਇਆ। ਅਤੇ ਬਸ਼ੇਰਾ ਤੁਸੀਂ ਦੇਖਦੇ ਜਾਇਓ, ਕਿਉਂਕਿ ਭਾਰਤ ਰਤਨ ਦੇ ਬੱਚੇ ਬਹੁਤ ਲਿਮਿਟਡ ਆਪਣੇ ਪੰਜਾਬ ਦੇ ਵਿੱਚ। ਭਾਰਤ ਰਤਨ ਨੇ ਜੋ ਵੀ ਜੰਮਿਆ ਟੋਪ ਕਲਾਸ ਦੀ ਜੰਮਿਆ, ਜਦੋਂ ਘੋੜਾ ਉਹ ਪੰਜਾਬ 'ਚੋਂ ਬਾਹਰ ਚਲਾ ਗਿਆ ਤਾਂ ਫਿਰ ਉਸ ਘੋੜੇ ਬਾਰੇ ਪਤਾ ਲੱਗਿਆ ਵੀ ਕੀ ਚੀਜ਼ ਸੀ ਘੋੜਾ, ਵੀ ਕਿਹੋ ਜਿਹੇ ਬੱਚੇ ਪੈਦਾ ਕੀਤੇ ਆ। ਅੱਜ ਵੀ ਘੋੜੀਆਂ ਗੁਜਰਾਤ ਵੱਲ ਨੂੰ ਜਾਂਦੀਆਂ ਨੇ ਮੇਟ ਹੋਣ ਵਾਸਤੇ। ਬਹੁਤ ਲਿਮਿਟਡ ਸਟੋਕ ਆ ਭਾਰਤ ਰਤਨ ਦਾ ਆਪਣੇ ਪੰਜਾਬ ਦੇ ਵਿੱਚ। ਬਸ਼ੇਰੇ ਤਾਂ ਤਿੰਨ ਚਾਰ ਹੀ ਗਿਣਤੀ ਦੇ ਆ ਜਿਹੜੇ ਮੇਰੇ ਦੇਖਣ ਦੇ ਵਿੱਚ ਆ। ਬਾਕੀ ਇਹ ਬਸ਼ੇਰੇ ਨੂੰ ਤੁਸੀਂ ਦੇਖੋ, ਮੱਥੇ ਫੁੱਲ ਆ, ਬਾਕੀ ਬਿਲਕੁਲ ਜੈੱਡ ਬਲੈਕ ਆ, ਕੰਨ ਕਣੌਤੀ, ਗਰਦਨ, ਟੋਪ ਲਾਈਨ, ਅਜੇ ਬੱਚੇ ਹੀ ਆ। ਬਾਈ ਕਹਿੰਦਾ ਆਪਾਂ ਘੋੜੀਆਂ 'ਤੇ ਛੱਡਤਾ ਇਹ, ਅਤੇ ਫੁਰਤੀਲਾ ਬਹੁਤ ਆ ਬਸ਼ੇਰਾ। ਆ ਤੁਸੀਂ ਨੈੱਕ ਕੈਰਜ ਵਗੈਰਾ ਦੇਖੋ, ਐਨ ਬਣ ਬਣ ਕੇ ਖੜਦਾ, ਪੂਰਾ ਸ਼ੋਅ ਕੁਆਲਿਟੀ ਦਾ। ਬਾਈ ਨੇ 2008-09 'ਚ ਜਿਹੜੀ ਘੋੜੀ ਲਈ ਸੀ ਉਹਨੇ ਵੀ ਬਹੁਤ ਸ਼ੋਅ ਜਿੱਤੇ। ਬਾਈ ਕਹਿੰਦਾ ਮੈਂ ਸ਼ੋਅ ਕੁਆਲਿਟੀ ਦਾ ਜਾਨਵਰ ਹੀ ਜ਼ਿਆਦਾਤਰ ਖਰੀਦਦੇ ਹਾਂ, ਵੀ ਹਾਂ ਖਾਨਦਾਨ ਵੀ ਦੇਖਦਾ ਮੈਂ ਜ਼ਰੂਰ, ਪਰ ਸਭ ਤੋਂ ਪਹਿਲਾਂ ਮੈਂ ਜਾਨਵਰ ਦੇਖਦਾ ਵੀ ਜਾਨਵਰ ਕਿਹੋ ਜਿਹਾ। ਅਤੇ ਜਿੰਨੇ ਵੀ ਬਾਈ ਕੋਲ ਜਾਨਵਰ ਆ, ਜਿੰਨਾ ਵੀ ਬਾਈ ਕੋਲ ਲਾਈਵ ਸਟੋਕ ਆ, ਸਾਰਾ ਬਹੁਤ ਬਾਕਮਾਲ ਅਤੇ ਟੋਪ ਦਾ। ਬਾਈ ਸੇਲ ਪਰਚੇਜ ਵੀ ਪੂਰੀ ਧੜੱਲੇ ਨਾਲ ਕਰਦਾ। ਇੰਟਰਵਿਊ ਦੇ ਵਿੱਚ ਬਾਈ ਨੂੰ ਮੈਂ ਪੁੱਛਿਆ ਵੀ ਬਾਈ ਜਦੋਂ ਤੁਸੀਂ ਸੇਲ ਪਰਚੇਜ ਵਾਲੇ ਜਾਨਵਰ ਖਰੀਦਦੇ ਹੋ ਤਾਂ ਉਹਨਾਂ 'ਚ ਕੀ ਦੇਖਦੇ ਹੋ, ਵੀ ਬਲੱਡ ਲਾਈਨ 'ਤੇ ਜ਼ਿਆਦਾ ਫੋਕਸ ਕਰਦੇ ਹੋ? ਬਾਈ ਕਹਿੰਦਾ ਵੀ ਸਭ ਤੋਂ ਪਹਿਲਾਂ ਮੈਂ ਜਾਨਵਰ ਦੀ ਕੁਆਲਿਟੀ ਦੇਖਦਾ, ਵੀ ਜੇ ਚੰਗੀ ਕੁਆਲਿਟੀ ਆ ਫਿਰ ਉਹਦੀ ਲਾਈਨ 'ਤੇ ਵੀ ਜਾਂਦੇ ਹਾਂ, ਉਹ ਵੀ ਜ਼ਰੂਰੀ ਆ, ਇਹੋ ਜਿਹੀ ਗੱਲ ਨਹੀਂ, ਬਲੱਡ ਲਾਈਨ ਵੀ ਦੇਖਣੀ ਜ਼ਰੂਰੀ ਆ, ਪਰ ਸਭ ਤੋਂ ਪਹਿਲਾਂ ਆਪਾਂ ਨੂੰ ਘੋੜੇ ਬਾਰੇ ਦੇਖਣਾ, ਜਾਨਵਰ ਬਾਰੇ ਦੇਖਣਾ ਵੀ ਕਿੰਨਾ ਕੁ ਚੰਗਾ ਕਿਹੋ ਜਿਹਾ। ਅਤੇ ਬਾਈ ਇਸ ਬਸ਼ੇਰੇ 'ਤੇ ਬਹੁਤ ਮਿਹਨਤ ਲਾ ਰਿਹਾ, ਅਜੇ ਕੁਝ ਮਹੀਨੇ ਹੋਇਆ ਇਸ ਫਾਰਮ 'ਤੇ ਆਏ ਨੂੰ, ਅਤੇ ਬਾਈ ਦੀ ਸਾਂਭ ਸੰਭਾਲ ਬਹੁਤ ਆ। ਘੋੜੀਆਂ 'ਤੇ ਬਾਈ ਕਹਿੰਦਾ 8-9 ਤਾਂ ਆਪਾਂ ਨੇ ਛੱਡਤਾ। ਇਹਦੀ ਮਾਂ ਦੀ ਵੀ ਮੈਂ ਗੱਲ ਕਰਾਂ, ਜਿਵੇਂ ਸ਼ਾਨਦਾਰ ਘੋੜੇ ਦੀ ਬੱਚੀ ਆ, ਉਹ ਬਹੁਤ ਵੱਡੇ ਕੱਦ ਦੀ ਆ, ਬੋਟਰ ਸਟੱਡ ਫਾਰਮ ਥੂਹੀ 'ਤੇ ਖੜ੍ਹੀ ਆ ਹੁਣ ਵੀ। ਉਹ ਉਹਨੇ ਜਿੰਨੇ ਵੀ ਬੱਚੇ ਦਿੱਤੇ ਆ ਬਹੁਤ ਕੱਦਾਵਰ ਅਤੇ ਬਹੁਤ ਟੋਪ ਦੇ ਬੱਚੇ ਦਿੱਤੇ ਆ ਉਹਨੇ। ਉਹਦੇ ਬੱਚਿਆਂ 'ਚੋਂ ਇੱਕ ਆ ਗ੍ਰੇਟ ਅਸ਼ੋਕਾ, ਦੁੱਧ ਦੰਦ ਆ ਜੇ 63.5 ਇੰਚ ਫੱਟੀ ਵਾਲੀ ਹਾਈਟ ਕਰ ਗਿਆ। ਸੁੰਬਾਂ ਤੋਂ ਲੈ ਕੇ ਕੰਨ ਕਣੌਤੀ, ਇਹਦਾ ਫੇਸ, ਇਹਦੀ ਗਰਦਨ, ਇਹਦੀ ਟੋਪ ਲਾਈਨ, ਬਹੁਤ ਚੰਗਾ ਬਸ਼ੇਰਾ ਤਿਆਰ ਹੋਣਾ ਅਜੇ ਬੱਚਾ। ਬਾਕੀ ਬਾਈ ਨੇ ਓਪਨ ਫੋਰ ਸਟੱਡ ਕਰਤਾ, ਬਹੁਤ ਹੀ ਜੈਨੂਨ ਫੀਸ ਰੱਖੀ ਆ। ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਫੀਸ ਬਾਰੇ ਵੀ, ਕਿਉਂਕਿ ਜਿੱਡੇ ਦਾ ਖਾਨਦਾਨ ਆ, ਜਿੰਨਾ ਚੰਗਾ ਆਪ ਬਸ਼ੇਰਾ, ਉਸ ਹਿਸਾਬ ਨਾਲ ਬਹੁਤ ਸਹੀ ਫੀਸ ਬਾਈ ਨੇ, ਵਾਜਬ ਫੀਸ ਰੱਖੀ ਆ ਬਾਈ ਲਾਡੀ ਸੇਖੋਂ ਨੇ। ਅਤੇ ਕਹਾ ਬਸ਼ੇਰੀ ਆ, ਤਕਰੀਬਨ ਇਹਦੀ 20 ਮਹੀਨੇ ਉਮਰ ਆ, ਅਤੇ ਕੱਦ ਕਾਠ ਇਹ ਵੀ ਬਹੁਤ ਸੋਹਣਾ ਕਰ ਗਈ, ਮਾਰਕਿੰਗ ਵੀ ਬਹੁਤ ਪਿਆਰੀ ਹੈ ਇਹਦੀ, ਕੰਨ ਕਣੌਤੀ ਦੀ ਬਹੁਤ ਚੰਗੀ ਆ ਇਹ। ਇਸ ਬਸ਼ੇਰੀ ਦੀ ਵੀ ਆਪਾਂ ਪੂਰੀ ਡਿਟੇਲ ਬਾਈ ਤੋਂ ਲਵਾਂਗੇ। ਬਾਈ ਜ਼ਿਆਦਾਤਰ ਕੱਦ ਵਾਲੇ ਅਤੇ ਸ਼ੋਅ ਕੁਆਲਿਟੀ ਦੇ ਜਾਨਵਰ ਉਹ ਆਪਣੇ ਫਾਰਮ 'ਤੇ ਜ਼ਿਆਦਾ ਫੋਕਸ ਰੱਖਦਾ ਬਾਈ, ਬਹੁਤ ਸੋਹਣੇ ਜਾਨਵਰ ਨੇ ਬਾਕੀ ਵੀ।
ਇਸ ਵੀਡੀਓ 'ਚ ਆਪਾਂ ਤੁਹਾਨੂੰ ਇਹ ਦੋਹੇ ਜਾਨਵਰ ਦਿਖਾ ਰਹੇ ਹਾਂ ਅਤੇ ਬਾਈ ਨਾਲ ਆ ਜਾਓ ਤੁਹਾਡੀ ਮੈਂ ਹੁਣ ਗੱਲਬਾਤ ਵੀ ਕਰਾਉਂਦਾ। ਇੱਕ ਬੰਦੇ ਉਹ ਹੁੰਦੇ ਆ ਜਿਨ੍ਹਾਂ ਨੂੰ ਤੁਹਾਨੂੰ ਮਿਲ ਕੇ ਚੰਗਾ ਲੱਗਦਾ ਅਤੇ ਇੱਕ ਉਹ ਹੁੰਦੇ ਆ ਜਿਨ੍ਹਾਂ ਨੂੰ ਮਿਲ ਕੇ ਤੁਹਾਨੂੰ ਬਹੁਤ ਚੰਗਾ ਲੱਗਦਾ। ਬਾਈ ਲਾਡੀ ਸੇਖੂ ਉਹਨਾਂ ਬੰਦਿਆਂ 'ਚੋਂ ਇੱਕ ਆ। ਆ ਜਾਓ ਹੁਣ ਬਾਈ ਲਾਡੀ ਸੇਖੂ ਨਾਲ ਕਰਦੇ ਹਾਂ ਗੱਲਬਾਤ, ਸੁਣਦੇ ਹਾਂ ਉਹਨਾਂ ਦੇ ਘੋੜਿਆਂ ਦੇ ਸਫ਼ਰ ਬਾਰੇ, ਉਹਨਾਂ ਦੇ ਘੋੜਿਆਂ ਬਾਰੇ ਤਜਰਬੇ ਅਤੇ ਗ੍ਰੇਟ ਅਸ਼ੋਕਾ ਦੀ ਬਾਕੀ ਪੂਰੀ ਡਿਟੇਲ ਵੀ ਲੈਂਦੇ ਹਾਂ ਆਪਾਂ। ਜਿਹੜੇ ਦੋਸਤ ਮਿੱਤਰ ਆਪਣੇ ਚੈਨਲ 'ਤੇ ਨਵੇਂ ਆ ਉਹ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਨੇ ਤੁਹਾਡੇ ਤੱਕ ਜਿਹੜੀਆਂ ਪਹੁੰਚ ਸਕਣ, ਉਹਨਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਬਾਕੀ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ, ਤੁਹਾਨੂੰ ਜਾਨਵਰ ਕਿਵੇਂ ਦੇ ਲੱਗੇ, ਬਾਈ ਦੀ ਗੱਲਬਾਤ ਕਿਵੇਂ ਲੱਗੀ ਉਹ ਕਮੈਂਟ ਕਰਕੇ ਵੀਡੀਓ 'ਚ ਜ਼ਰੂਰ ਦੱਸਿਆ ਕਰੋ ਅਤੇ ਸ਼ੇਅਰ ਮੇਰਾ ਭਰਾ ਜ਼ਰੂਰ ਮਾਰਦਿਆ ਕਰੋ ਜਿੰਨੇ ਵੀ ਆਪਣੇ ਘੋੜਿਆਂ ਵਾਲੇ ਖਾਸ ਕਰਕੇ, ਇਹ ਜ਼ਰੂਰ ਬੇਨਤੀ ਨੂੰ ਪ੍ਰਵਾਨ ਕਰਿਆ ਕਰੋ। ਆ ਜਾਓ ਬਾਈ ਨਾਲ ਤੁਹਾਡੀ ਹੁਣ ਮੈਂ ਗੱਲਬਾਤ ਕਰਾਉਂਦਾ ਜੀ। ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਪਹੁੰਚਿਆ ਜੀ ਆਪਾਂ ਪਿੰਡ ਰਣੀਆਂ। ਪਿੰਡ ਰਣੀਆਂ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਕਿਉਂਕਿ ਬਹੁਤ ਹੀ ਨਾਮੀ ਪਿੰਡ ਆ ਘੋੜਿਆਂ ਦੇ ਵਿੱਚ ਖਾਸ ਕਰਕੇ। ਆਪਾਂ ਅੱਜ ਪਹੁੰਚੇ ਜੀ ਸੇਖੋਂ ਸਟੱਡ ਫਾਰਮ ਰਣੀਆਂ ਦੇ ਉੱਪਰ। ਆਪਣੇ ਨਾਲ ਬਾਈ ਲਾਡੀ ਸੇਖੋਂ ਨੇ, ਸਾਰੇ ਤਕਰੀਬਨ ਘੋੜਿਆਂ ਵਾਲੇ ਬਾਈ ਨੂੰ ਜਾਣਦੇ ਨੇ। ਬਾਈ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਵੀਰੇ, ਤੁਹਾਡਾ ਬਹੁਤ ਦਿਲੋਂ ਸਵਾਗਤ ਆ ਕਿ ਤੁਸੀਂ ਟਾਈਮ ਕੱਢਿਆ। ਧੰਨਵਾਦ ਬਾਈ ਜੀ। ਸੋ ਅੱਜ ਬਾਈ ਜੀ ਤੁਹਾਡੇ ਜਿੰਨੇ ਵੀ ਅਸੀਂ ਨੇ ਜਾਨਵਰ ਦੇਖੇ, ਕਿਉਂਕਿ ਫਸਟ ਟਾਈਮ ਆਇਆ ਤੁਹਾਡੇ ਫਾਰਮ ਦੇ ਉੱਪਰ, ਸਾਰੇ ਬਹੁਤ ਸੋਹਣੇ ਆ ਬਾਈ ਜਾਨਵਰ, ਮਤਲਬ ਚੁਣ ਕੇ ਰੱਖੇ ਹੋਏ ਆ ਤੁਸੀਂ ਜਿਵੇਂ ਕਹਿ ਰਹੇ ਹੋ। ਅਤੇ ਬਾਈ ਲਾਡੀ ਆਪਣਾ ਸ਼ੌਕ ਕਿੰਨਾ ਕੁ ਪੁਰਾਣਾ ਬਾਈ ਘੋੜਿਆਂ ਦਾ? ਸ਼ੌਕ ਵੀਰੇ ਮੈਂ 2008 ਸ਼ਾਇਦ 9 ਤੋਂ ਘੋੜੀ ਲੈਂਦੀ ਸੀਗੀ ਜੀ ਬਾਈ। ਫਸਟ ਟਾਈਮ ਲਈ ਘੋੜੀ ਕਾਲੀ ਸੀ, ਮਾਲਵੜੀ। ਅੱਛਾ ਜੀ। ਅਤੇ ਉਹ ਕਾਫੀ ਉਦੋਂ ਤੋਂ ਹੀ ਮੈਂ ਸ਼ੌਕ ਕੀਤੀ ਘੋੜੀ। ਠੀਕ ਹੈ ਬਾਈ। 3 ਸਾਲ ਮੇਰੇ ਕੋਲ ਰਹੀ ਸੀਗੀ ਉਦੋਂ, ਪਰ ਜ਼ਿਲ੍ਹਿਆਂ ਦੇ ਮੇਲੇ ਚੱਲਦੇ ਹੁੰਦੇ, 3 ਜ਼ਿਲ੍ਹਿਆਂ ਦੇ ਮੇਲੇ ਹੋ ਗਏ, ਫਿਰ ਜ਼ਿਲ੍ਹੇ ਵਿੱਚ ਸਰਕਾਰੀ ਸ਼ੋਅ ਹੁੰਦੇ ਸੀਗੇ। ਠੀਕ ਹੈ ਬਾਈ। ਤਾਂ ਫਸਟ ਵੀ ਲੱਗੀ, ਸੈਕਿੰਡ ਵੀ ਲੱਗੀ ਸੀ। ਠੀਕ ਹੈ ਬਾਈ। ਕਾਫੀ ਘੋੜੀ ਨੇ ਨਾਮ, ਜਿਹਦੀ ਉਹ ਫੋਟੋ ਵੀ ਲੱਗੀ ਹੋਈ ਤੁਹਾਡੇ ਰੂਮ ਦੇ ਵਿੱਚ? ਹਾਂ, ਮੇਰੇ ਕਾਲੀ ਘੋੜੀ ਆ ਉਹ। ਠੀਕ ਹੈ ਜੀ। ਮੱਥੇ 'ਤੇ ਪਟਾ ਸੀਗਾ ਸ਼ਾਇਦ, 2 ਪੈਰ ਚਿੱਟੇ ਸੀ ਘੋੜੀ ਦੇ। ਠੀਕ ਹੈ ਬਾਈ। ਤਾਂ ਕਾਫੀ ਸ਼ੋਅ ਜਿੱਤੀ, ਬਹੁਤ ਚੰਗੀ ਘੋੜੀ ਸੀਗੀ ਉਸ ਟਾਈਮ ਦੀ। ਠੀਕ ਹੈ ਬਾਈ। ਹਾਂਜੀ ਹਾਂਜੀ। ਤਕਰੀਬਨ 14-15 ਸਾਲ ਦਾ ਤੁਹਾਡਾ ਸਫ਼ਰ ਹੋ ਗਿਆ ਘੋੜਿਆਂ ਦੇ ਵਿੱਚ ਬਾਈ? ਹਾਂਜੀ ਹਾਂਜੀ। ਠੀਕ ਹੈ ਬਾਈ। ਸੋ ਹੁਣ ਮੈਂ ਦੇਖਿਆ ਵੀ ਮਾਰਵਾੜੀ ਦੀ ਕਲੈਕਸ਼ਨ ਵੀ ਬਹੁਤ ਚੰਗੀ ਆ। ਚਲੋ ਆਪਣੇ ਕੋਲ ਘੋੜਾ ਜਿਹੜਾ ਵਾਈਟ ਕੋਬਰਾ, ਉਹ ਤਕਰੀਬਨ ਸਾਰੇ ਘੋੜਿਆਂ ਵਾਲੇ ਜਾਣਦੇ ਕਿਉਂਕਿ ਸ਼ੋਅ ਵਿਨਰ ਘੋੜਾ ਬਾਈ, ਅਤੇ ਬੱਚੇ ਵੀ ਬਹੁਤ ਚੰਗੇ ਆਏ ਆ ਉਸ ਘੋੜੇ ਦੇ। ਮੇਨ ਤਾਂ ਵੀਰੇ ਚਲੋ ਜਦੋਂ ਘੋੜਾ ਲਿਆ ਸੀ ਆਪਾਂ, ਉਹਨੂੰ ਲਿਆ ਕੇ ਤਿਆਰ ਕੀਤਾ, ਉਹਨੂੰ ਸ਼ੋਅ ਜਿਤਾਇਆ ਜੀ, ਫਿਰ ਬੰਦੇ ਦੀ ਹੁੰਦੀ ਆ ਕਿ ਘੋੜਾ ਤਾਂ ਭੱਜ ਤਾਲਿਆ। ਹਾਂਜੀ। ਫਿਰ ਮੈਨੂੰ ਇੱਦਾਂ ਸੀਗਾ ਕਿ ਹਾਗੇ ਘੋੜੇ ਦੀ ਉਮਰ ਕੋਈ ਜ਼ਿਆਦਾ ਨਹੀਂ, 5-5.5 ਸਾਲ ਦਾ ਹੋਊਗਾ ਹਾਗੇ ਜੀ। ਫਿਰ ਉਹਦੇ ਬੱਚੇ ਖਰੀਦੇ ਮੈਂ ਜੀ, ਫਿਰ ਬੱਚੇ ਉਹਦੇ ਸ਼ੋਅ ਕੀਤੇ, ਬੱਚੇ ਵੀ ਸ਼ੋਅ ਜਿੱਤੇ। ਅੱਛਾ ਜੀ। ਅਤੇ ਘੋੜਾ ਹਰੇਕ ਸਾਲ ਐਰਕੀ ਵੀ ਘੋੜਾ ਪਾਇਆ ਵਧੀਆ, ਯਾਨੀ ਕਿ ਫਸਟ ਸੈਕਿੰਡ ਜਾਂ ਥਰਡ, ਜਿਹੜੀ ਆਪਾਂ ਖੁਸ਼ ਹਾਂ ਹੁਣ ਤੋਂ ਨਹੀਂ ਚੰਗੇ ਆਪਦੇ ਆਪ ਸ਼ੋਅ ਕਰ ਗਿਆ ਕਿ ਘੋੜੇ 'ਚ ਬਲੱਡ ਲੈਣ ਵੀ ਬਹੁਤ ਚੰਗੀ ਆ। ਫਿਰ ਉਹਦੇ ਬੱਚੇ ਵੀ, ਪਿਛਲੇ ਸਾਲ ਮੇਰੇ ਕੋਲ ਫਿਲੀ ਸੀਗੀ ਉਹਦੀ, ਹਾਂਜੀ, ਉਹ ਆਪਣਾ ਛੋਟਾ ਭਰਾ ਵਰਿੰਦਰ ਉਹਨੂੰ ਦਿੱਤੀ ਸੀਗੀ, ਠੀਕ ਹੈ, ਸ਼ੋਅ ਜਿੱਤੀ ਸੀ। ਹਾਂਜੀ ਹਾਂਜੀ। ਫਿਰ ਇੱਕ ਮੈਂ ਬਸ਼ੀਰਾ ਲੈਂਦਾ ਸੀਗਾ, ਉਹ ਵੀ ਮੈਂ ਰਾਜਪੁਰੇ ਦਿੱਤਾ ਸੀਗਾ, ਮੇਰਾ ਫਰੈਂਡ ਸੀਗਾ ਮੁੰਡਾ ਬਾਹਰ ਉੱਡ ਗਿਆ ਕੈਨੇਡਾ। ਅੱਛਾ ਜੀ। ਉਹਨੇ ਅੱਗੇ ਦਿੱਤਾ ਸੀਗਾ, ਉਹ ਵੀ ਬਸ਼ੀਰਾ ਐਰਕੀ ਕਾਫੀ ਸ਼ੋਅ ਜਿੱਤਿਆ, ਯਾਨੀ ਕਿ ਚਲੋ ਵਧੀਆ ਹਰੇਕ ਨੰਬਰ 'ਤੇ ਆਉਂਦਾ ਰਿਹਾ ਸ਼ੋਅ 'ਚ। ਬਿਲਕੁਲ ਬਾਈ ਜੀ। ਅਤੇ ਸ਼ੋਆਂ ਦੀ ਗੱਲ ਹੋ ਗਈ, ਵਾਈਟ ਕੋਬਰੇ ਨੂੰ ਤਕਰੀਬਨ ਸਾਰੇ ਜਾਣਦੇ ਆ ਬਾਈ। ਅੱਜ ਤੁਹਾਡਾ ਆਪਾਂ ਬਸ਼ੇਰਾ ਦਿਖਾਉਣ ਲੱਗੇ ਹਾਂ, ਜਿਹੜਾ ਮਾਰਵਾੜੀ ਤੁਸੀਂ ਹੁਣੇ ਥੋੜ੍ਹਾ ਸਮੀ ਹੋਇਆ ਲਿਆ, ਭਾਰਤ ਰਤਨ ਘੋੜੇ ਦਾ ਬੱਚਾ ਜੀ। ਹਾਂਜੀ ਹਾਂਜੀ। ਬਾਈ ਬਸ਼ੇਰੇ ਦਾ ਕੀ ਨਾਂ ਉਹਦਾ ਜੀ? ਉਹਦਾ ਨਾਮ ਮੈਂ ਗ੍ਰੇਟ ਅਸ਼ੋਕਾ ਰੱਖਿਆ ਜੀ। ਗ੍ਰੇਟ ਅਸ਼ੋਕਾ। ਅਸ਼ੋਕਾ ਜੀ, ਹਾਂਜੀ ਹਾਂਜੀ। ਠੀਕ ਆ ਬਾਈ। ਅਤੇ ਉਮਰ ਦੀ ਬਾਈ ਗੱਲ ਕਰੀਏ, ਕਿੰਨੀ ਉਮਰ ਹੋਊਗੀ? ਉਮਰ ਵੀਰੇ ਹੈਗੇ 91 ਆ ਜੀ, ਹੋ ਗਿਆ ਹੋਊਗਾ 28-29 ਮਹੀਨੇ ਦਾ ਹੋ ਗਿਆ ਹੋਊਗਾ ਬੱਚਾ। ਠੀਕ ਆ ਬਾਈ। ਅਤੇ 63 ਤੋਂ ਟੱਪਦਾ, ਯਾਨੀ ਕਿ 64 ਵੀ ਆਪਾਂ ਕਹਿ ਸਕਦੇ, ਯਾਨੀ ਸਹੀ 63 ਉਹਦੀ ਹਾਈਟ ਹੈਗੀ ਆ ਜਦੋਂ ਦੀ। ਬਿਲਕੁਲ ਬਾਈ। ਹਾਂਜੀ। ਤੇ ਉਹਦੀ ਮਾਰਕਿੰਗ ਮੱਥੇ ਫੁੱਲ ਤੇ ਇੱਕ ਪੈਰ ਚਿੱਟਾ ਜੀ? ਮਾਂ ਦੇ ਨਹੀਂ, ਇਕੱਲਾ ਮੱਥੇ ਤੇ ਫੁੱਲ ਆ ਵੀਰੇ। ਅੱਛਾ ਜੀ। ਬਾਕੀ ਸਾਰਾ ਚਾਰੇ ਪੈਰ ਬਲੈਕ ਆਉਂਦੇ? ਬਲੈਕ ਆ ਜੀ। ਹਾਂਜੀ ਹਾਂਜੀ। ਠੀਕ ਆ ਬਾਈ। ਪਿਓ ਤਾਂ ਭਾਰਤ ਰਤਨ ਹੋ ਗਿਆ ਬਾਈ? ਪਿਓ ਉਹਦਾ ਭਾਰਤ ਰਤਨ ਹੋ ਗਿਆ ਜੀ। ਹਾਂਜੀ।
ਤੇ ਭਾਰਤ ਨੂੰ ਹੋ ਗਿਆ ਗਾਂ ਦੇਵਰਾਜ ਦਾ ਜੀ, ਉਹ ਆਪਣੇ ਪਿੰਡ ਹੀ ਆ, ਆਪਣਾ ਭਰਾ ਹੀ ਆ ਸਨੀ ਗੱਲ। ਹਾਂਜੀ, ਤੇ ਬਾਕੀ ਭਾਰਤ ਦੀ ਮਾਂ ਹੋ ਗਈ ਕਵੇਰੀ ਜੀ, ਕਵੇਰੀ ਕਾਲੇ ਕੰਠੇ ਦੀ ਮਾਂ ਤੇ ਦੋਨਾਂ ਦੀ ਮਾਂ ਸੇਮ ਹੀ ਹੋ ਗਿਆ। ਹਾਂਜੀ ਹਾਂਜੀ ਬਾਈ, ਅੱਗਿਓਂ ਉਹ ਆ ਗਈ ਸੁਲਤਾਨ ਸੁਲਤਾਨ ਦੀ। ਹਾਂਜੀ, ਤੇ ਫਿਰ ਭਾਰਤ ਦੀ ਆਪਾਂ ਇਹਦੀ ਗ੍ਰੇਟ ਅਸ਼ੋਕੇ ਦੀ ਮਾਂ ਦੀ ਗੱਲ ਕਰੀਏ, 64 ਆ ਇਹ, ਆਪ ਸ਼ਾਨਦਾਰ ਦੀ ਆ। ਹਾਂਜੀ, ਆਪਣਾ ਵੱਡਾ ਭਰਾ ਕਮਲ ਬੁੱਟਰ ਹਾਂਜੀ ਟੋਨੀ ਵੀਰੇ ਕੋਲ ਹੀ ਖੜੀ ਆ। ਹਾਂਜੀ, ਔਰ ਉਹਦੇ ਕਿਹਾ ਬੱਚੇ ਵੇ ਤੇ ਦੋ ਜਿਹੜੇ ਵੀ ਉਹਦੇ ਕੁੜੀ ਦੇ ਬੱਚੇ ਸਾਰੇ ਉਹ ਸ਼ੋਅ ਜਿੱਤੇ, ਬਹੁਤ ਚੰਗੇ ਬੱਚੇ ਆ। ਹਾਂਜੀ, ਪਹਿਲਾਂ ਉਹਦਾ ਬਸ਼ੇਰਾ ਹੈਗਾ ਬਲੇਜ, ਉਹ ਵੀ ਕਾਫੀ ਸ਼ੋਅ ਜਿੱਤੇ ਆ। ਫਿਰ ਦੂਸਰੀ ਬਸ਼ੇਰੀ ਪੰਜ ਕਲਿਆਣ ਉਹਦੀ ਦੇਵਮਣੀ, ਪਹਿਲਾਂ ਤਾਰੀ ਬਾਈ ਕੋਲ ਸੀਗੀ, ਫਿਰ ਉਹ ਵੀ ਟੋਨੀ ਵੀਰਾ ਲੈ ਗਿਆ ਸੀਗਾ, ਜਿਹਨੇ ਉਹਨਾਂ ਤੋਂ ਲੈ ਲਈ ਸੀਗੀ। ਉਹ ਪਿਛਲੇ ਸਾਲ ਵੀ ਸ਼ੋਅ ਕੀਤੀ ਆ, ਕਾਫੀ ਸ਼ੋਅ ਜਿੱਤੀ ਆ ਬਸ਼ੇਰੀ ਇਹਦੀ ਸਗੀ ਭੈਣ। ਅੱਛਾ ਜੀ, ਮਾਂ ਵਾਲੇ ਪਾਸੋਂ ਜੀ ਜੀ, ਉਹ ਦੇਵਰਾਜ ਦੀ ਆ ਗਈ ਜੀ, ਇਹ ਭਾਰਤ ਦਾ ਬਸ਼ੇਰਾ। ਠੀਕ ਆ ਜੀ, ਠੀਕ ਆ ਬਾਈ, ਮਾਂ ਇਹਦੀ ਸ਼ਾਨਦਾਰ ਦੀ ਮੈਂ ਖੁਦ ਦੇਖਿਆ, ਬਹੁਤ ਵੱਡੀ ਘੋੜੀ ਆ ਬਾਈ, ਉਹਨਾਂ ਦੇ ਬਹੁਤ ਵੱਡੀ ਘੋੜੀ ਹੈ ਜੀ, ਮਾਂ ਦਾ ਕਰਕੇ ਮੈਂ ਬੱਚਾ ਲਿਆ। ਠੀਕ ਆ ਬਾਈ, ਕਿ ਚਲੋ ਪਿਛੋਕੜ ਮਾਂ ਚੰਗੀ ਹੋਣੀ ਚਾਹੀਦੀ ਆ ਘੋੜੀ ਦੀ, ਅਤੇ ਆਟੋਮੈਟਿਕ ਚੰਗਾ ਤਾਂ ਜਿੱਦੋਂ ਮਾਣ ਹੈਗਾ ਬਹੁਤ ਚੰਗਾ ਸੋਇਆ ਕਰੂਗਾ, ਬਾਕੀ ਆਉਣ ਵਾਲੇ ਸਮੇਂ 'ਚ ਉਹਨੂੰ ਸ਼ੋਅ ਵੀ ਕਰਾਂਗੇ ਬੱਚੇ ਨੂੰ। ਬਿਲਕੁਲ ਬਾਈ, ਕਿਉਂਕਿ ਬਾਈ ਭਾਰਤ ਰਤਨ ਆਪ ਦੇਖਿਓ ਵੀ ਵਨ ਆਫ ਦਾ ਬੈਸਟ ਰਿਜ਼ਲਟ ਆ ਦੇਵਰਾਜ ਰਣੀਆਂ ਦਾ। ਹਾਂਜੀ ਹਾਂਜੀ, ਕਿਉਂਕਿ ਭਾਰਤ ਰਤਨ ਨੇ ਬਾਈ ਰਾਜ ਸ਼ਿੰਗਾਰ ਹੋ ਗਿਆ, ਅਤੇ ਇੱਕ ਬਾਬਾ ਜੀ ਕੋਲਾ ਪੰਜਾਬ ਸ਼ਿੰਗਾਰ, ਇੱਕ ਤੁਹਾਡੇ ਵਾਲਾ, ਜਿੰਨੇ ਵੀ ਮੈਂ ਬੱਚੇ ਦੇਖਿਆ ਭਾਰਤ ਰਤਨ ਦੇ ਐਕਸਟਰਾ ਆਰਡਨਰੀ ਆ ਵੀਰੇ, ਬਹੁਤ ਚੰਗੇ ਆ, ਬਹੁਤ ਲੋਕਾਂ ਨੂੰ ਸਮਝ ਹੀ ਉਦੋਂ ਲੱਗੀ ਆ ਜਦੋਂ ਜਾਣੀ ਕਿ ਆਪਣੇ ਪੰਜਾਬ 'ਚੋਂ ਵਗ ਗਿਆ ਸੀਗਾ, ਅੱਗੇ ਬਾਹਰ ਚਲੇ ਗਿਆ, ਪਹਿਲਾਂ ਉਹਦੀ ਸਮਝ ਹੀ ਨਹੀਂ ਕਿਸੇ ਨੂੰ ਲੱਗੀ, ਬਹੁਤ ਘੱਟ ਲੋਕਾਂ ਨੇ ਘੋੜੀਆਂ ਭਰਾਈਆਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਹੁਣ ਜ਼ਰੂਰ ਪੰਜਾਬ 'ਚੋਂ ਲੋਕ ਉੱਥੇ ਜਾ ਜਾ ਘੋੜੀਆਂ ਭਰਾਈ ਜਾਂਦੇ ਆ, ਮੇਰੀ ਸਮਝ ਕਾਫੀ ਮੇਰੇ ਫਰੈਂਡ ਹੈਗੇ ਆ ਕਈਆਂ ਨੇ ਘੋੜੀਆਂ ਉੱਥੋਂ ਭਰਾਈਆਂ ਜਾ ਕੇ, ਜਦੋਂ ਨੇੜੇ ਹੁੰਦੀ ਹੈ ਚੀਜ਼ ਉਦੋਂ ਧਿਆਨ ਨਹੀਂ ਦਿੰਦੇ, ਜਿਵੇਂ ਘਰੇ ਹੁੰਦੀ ਉਦੋਂ ਹਰੇਕ ਨੂੰ ਕੋਈ ਜਾਨਵਰ ਆਪਦਾ ਚੰਗਾ ਨਹੀਂ ਲੱਗਦਾ, ਜਿਵੇਂ ਆਪਾਂ ਜਾਂ ਪਿੰਡ ਲੈ ਲਓ ਜਾਂ ਪੰਜਾਬ 'ਚ ਲੈ ਲਓ, ਜਦੋਂ ਆਪਣੇ ਤੋਂ ਦੂਰ ਉੱਠ ਜਾਂਦੀ ਆ ਫਿਰ ਉਹ ਚੀਜ਼ ਦੀ ਕਦਰ ਪੈਣ ਲੱਗ ਪੈਂਦੀ ਵੀਰੇ। ਬਿਲਕੁਲ ਵੀਰੇ, ਇਹ ਪੰਜਾਬੀਆਂ 'ਚ ਆਪਣੇ ਖਾਸੀਅਤ ਹੀ ਆ। ਨਹੀਂ, ਕਹਾਵਤ ਵੀ ਆ ਕਹਿੰਦੇ ਵੀ ਘਰ ਦਾ ਜੋਗੀ ਯੋਗ ਨਹੀਂ ਤੇ ਬਾਹਰ ਦਾ ਯੋਗੀ ਸਿੱਧ, ਉਹ ਗੱਲ ਵੀ ਆ। ਭਾਰਤ ਦੇ ਲੋਕ ਮਗਰ ਭਜਦੇ, ਉੱਥੋਂ ਜਾ ਕੇ ਬਹੁਤ ਘੋੜੀਆਂ ਲੱਗ ਰਹੀਆਂ। ਨਹੀਂ, ਭਾਰਤ ਰਤਨ ਦਾ ਚੱਕਰ ਹੋ ਰਿਹਾ ਨਾ ਵੀ ਜਦੋਂ ਇਹਦੇ ਬੱਚੇ ਛੂਹਾਂ 'ਚ ਆਏ, ਹੁਣ ਬਸ਼ੇਰੀਆਂ ਵੀ ਮੈਂ ਬਹੁਤ ਬਸ਼ੇਰੀਆਂ ਦੇਖੀਆਂ ਨੇ ਬਾਈ, ਸਰਬਜੋਤ ਦੇ ਫਾਰਮ 'ਤੇ ਮੈਂ ਬਸ਼ੇਰੀਆਂ ਦੇਖੀਆਂ ਨੇ, ਭਾਰਤ ਰਤਨ ਦੀਆਂ ਬਸ਼ੇਰੇ ਦੇਖੀਆਂ ਨੇ, ਸੋਹਣੇ ਬੱਚੇ ਆ ਵੀਰੇ। ਹਾਂ, ਜਦੋਂ ਵੱਡੇ ਹੋਏ ਉਹਨਾਂ ਨੇ ਆਪਦੇ ਆਪ ਨੂੰ ਸ਼ੋਅ ਕੀਤਾ ਤਾਂ ਫਿਰ ਲੋਕਾਂ ਨੂੰ ਸਮਝ ਆਈਏ, ਕਿਉਂਕਿ ਉਦੋਂ ਤਾਂ ਬੱਚੇ ਬਹੁਤ ਛੋਟੇ ਸੀ ਜਦੋਂ ਭਾਰਤ ਰਤਨ ਸੇਲ ਹੋਇਆ, ਕਾਫੀ ਚੰਗੇ ਰੇਟ ਤੋਂ ਸੇਲ ਹੋ ਗਿਆ ਸੀਗਾ। ਨਹੀਂ, ਬਹੁਤ ਚੰਗੀ ਬਾਈ, ਬਾਕੀ ਐਵੇਂ ਆ ਨਾ ਵੀ ਜਿਵੇਂ ਤਾਰੀ ਬਾਈ ਵੀ ਬਹੁਤ ਡੂੰਘਾਈ ਨਾਲ ਬਰੀਡਿੰਗ 'ਤੇ ਕੰਮ ਕਰਦੇ ਹੈ ਨਾ, ਬਹੁਤ ਸੋਹਣੇ ਜਾਨਵਰ ਉਹਨਾਂ ਕੋਲ। ਜਿਹੜੀ ਉਹ ਇਹਦੀ ਮਾਂ, ਮੈਨੂੰ ਲੱਗਦਾ ਉਹ ਵੀ ਸ਼ਾਇਦ ਤਾਰੀ ਬਾਈ ਕੋਲ ਆਈ ਹੋਈ ਆ ਬਾਈ ਸੀਗੀ, ਤੇ ਬਹੁਤ ਵੱਡੀ ਘੁੜੀ ਸੀਗੀ। ਹਾਂਜੀ ਹਾਂਜੀ, ਤੇ ਉਹਦੀ ਮਾਂ ਦੇ ਮੱਥੇ 'ਤੇ ਪਟਾ ਇਕੱਲਾ ਜੀ। ਠੀਕ ਆ ਬਾਈ, ਇਹਦੇ ਭਰਾ ਦੇ ਮੱਥੇ 'ਤੇ ਪਟਾ ਸ਼ਾਇਦ ਇੱਕ ਪੈਰ ਚਿੱਟਾ ਵਾ, ਇਹਦੀ ਜਿਹੜੀ ਸਗੀ ਭੈਣ ਆਪਾਂ ਕਹਿ ਸਕਦੇ ਉਹ ਪੰਜ ਕਲਿਆਣ ਵੀਰੇ। ਠੀਕ ਆ ਬਾਈ, ਤੇ ਚਲੋ ਆਸ ਕਰਦੇ ਆਉਣ ਵਾਲੇ ਸਮੇਂ 'ਚ ਬੱਚੇ ਆਪਾਂ 7-8 ਘੁੜੀਆਂ ਤੋਂ, 3-4 ਤਾਂ ਆਪਦੇ ਫਾਰਮ 'ਚ ਲਵਾਈਆਂ ਮੈਂ, ਮੇਲ ਕਰਵਾਈਆਂ ਤੋਂ ਜੀ, ਕਿ ਜਿੱਥੋਂ ਮੈਨੂੰ ਸਮਝ ਆ ਕਿ ਇਹ ਹਰੇਕ ਤਰ੍ਹਾਂ ਦੀ ਮਾਰਕਿੰਗ ਸੂਗਾ। ਬਿਲਕੁਲ ਬਾਈ, ਬਾਕੀ ਕੋਈ ਮੈਨੂੰ ਪਟੇ ਤਾਂ ਪੰਜ ਕਲਿਆਣ ਤਾਂ ਕੋਈ ਮਤਲਬ, ਮੈਨੂੰ ਆਪਾਂ ਨੂੰ ਇਕੱਲਾ ਕੱਟ ਕ੍ਰਿਸ਼ਨ ਚੰਗਾ ਚਾਹੀਦਾ, ਮੈਨੂੰ ਇੱਦਾਂ ਨਹੀਂ ਹੁੰਦਾ ਕਿ ਮੱਥੇ 'ਤੇ ਫੁੱਲ ਆ ਜਾਂ ਪਟਾ ਨਹੀਂ ਸੋਇਆ, ਕਿ ਡਿਜ਼ਾਇਨ ਚੰਗਾ ਹੋਵੇ ਆਪਾਂ ਖੁਸ਼ ਹੈ, ਹੁਣ ਕਰੈਕਟਰ ਚੰਗੇ ਹੋਣ ਜਾਣ। ਵੱਡੀ ਗੱਲ ਤਾਂ ਉਹੀ ਆ ਮਾਲਵੜੀ 'ਚ, ਠੀਕ ਹੈ ਕਿ ਮੈਨੂੰ ਕੋਈ ਨਹੀਂ ਹੁੰਦਾ ਮੱਥਾ ਸੁੰਨਾ ਹੋਵੇ ਜਾਂ ਇੱਕ ਪੈਰ ਆ ਜਾਂ ਦੋ ਪੈਰ ਆ। ਠੀਕ ਹੈ ਬਾਈ, ਆਪਾਂ ਬਸ਼ੇਰਾ ਆਪਣਾ ਓਪਨ ਕਰਤਾ ਵੀ ਸਟੱਡ ਵਾਸਤੇ ਇਹ ਜੀ। ਹਾਂਜੀ ਵੀਰੇ, ਓਪਨ ਕਰਤਾ ਜੀ, ਬਾਕੀ ਕਾਫੀ ਘੋੜੀਆਂ 8-9 ਘੋੜੀਆਂ ਲੱਗ ਗਈਆਂ। ਅੱਛਾ, 2-3 ਤਾਂ ਆਪਣੀਆਂ ਘਰੇ ਲੱਗੀਆਂ ਜੀ ਬਾਈ, ਬਾਕੀ ਆਪਣੇ ਫਰੈਂਡ ਸਰਕਲ 'ਚ ਲਵਾ ਕੇ ਲੈ ਗਏ ਆ। ਠੀਕ ਹੈ ਬਾਈ, ਜਿਹਦੀ ਬਾਈ ਫੀਸ ਦੀ ਗੱਲ ਕਰੀ, ਫੀਸ ਕਿੰਨੀ ਰੱਖੀ ਬਾਈ ਆਪਾਂ ਨੇ? ਫੀਸ ਵੀਰੇ ਇਹਦੀ 41,000 ਰੱਖੀ ਆ। 41,000? ਹਾਂਜੀ ਹਾਂਜੀ, ਠੀਕ ਹੈ ਬਾਈ ਜੀ। ਚਲੋ, ਜਿੰਨੀ ਕੁ ਆਪਾਂ ਨੂੰ ਲੱਗਿਆ ਕਿ ਜਾਇਜ਼, ਜਦੋਂ
ਅੱਗੇ ਦੇ ਬੱਚੇ ਹੋਣਗੇ ਜਾਂ ਆਉਂਦੇ ਸਾਲ ਨੂੰ ਇਹਨੂੰ ਸ਼ੋਅ ਕਰਾਂਗੇ ਫਿਰ ਦੇਖਾਂਗੇ ਨੈਕਸਟ। ਨਹੀਂ ਇੱਕ ਗੱਲ ਵੀਰੇ ਮੈਂ ਹੋਰ ਦੇਖੀ ਆ, ਚਲੋ ਤੁਸੀਂ ਇਹਦੀ ਸਾਰਾ ਮਤਲਬ ਮਾਂ ਵਾਲੇ ਪਾਸੋਂ ਪਿਓ ਵਾਲੇ ਪਾਸੋਂ ਪਿਓ ਹਰ ਇੱਕ ਦੇਖ ਲੈਂਦਾ, ਮਾਂ ਸਾਈਡ ਨਹੀਂ ਕੋਈ ਦੇਖਦਾ ਹੁੰਦਾ। ਨਹੀਂ ਆਪਾਂ ਨੂੰ ਵੀਰੇ ਜਿੱਥੋਂ ਤੱਕ ਮੈਨੂੰ ਆਪਾਂ ਬਰੀਡਿੰਗ ਕੀਤੀ ਹੈ ਕਿ ਮੈਂ ਆਪਾਂ ਨੂੰ ਹੁੰਦਾ ਫੀਮੇਲ ਔਰ ਡੋਗ ਦੀ ਬਰੀਡਿੰਗ ਕੀਤੀ ਹੈ ਮੈਂ ਕਿ ਫੀਮੇਲ ਮਜ਼ਬੂਤ ਹੋਣੀ ਚਾਹੀਦੀ ਆ ਕਿਉਂ ਦੀ ਬਲੱਡ ਲਾਈਨ ਸੁਪਰ ਹੋਣੀ ਚਾਹੀਦੀ। ਹੁਣ ਇਹਦੀ ਮਾਂ ਸ਼ਾਨਦਾਰ ਦੀ ਹੋਊਗੀ ਜੀ ਕਿ ਬਹੁਤ ਵੱਡੀ, ਪਹਿਲਾਂ ਤਾਂ ਹਾਈਟ ਆ ਫਿਰ ਲਾਈਨ ਚੰਗੀ ਆ ਉਹਦੀ ਸ਼ਾਨਦਾਰ, ਜਿੱਥੇ ਵੀ ਸੋਇਆ ਬਹੁਤ ਚੰਗਾ ਉਹਨੇ ਸੋਇਆ ਸ਼ਾਨਦਾਰ ਵੀ ਹਾਂਜੀ ਕਿ ਬਲੱਡ ਦਾ ਵੀਰੇ ਇਹਦੇ 'ਚ ਮਾੜਾ ਹੈ ਹੀ ਨਹੀਂ, ਆਪਾਂ ਨਿਚੋੜ ਕੱਢ ਕੇ ਇਹਦੇ ਉੱਤੇ ਬਲੱਡ ਤਾਂ ਮਿਲ ਹੀ ਨਹੀਂ ਸਕਦਾ ਬਿਲਕੁਲ ਕਿ ਆਪਾਂ ਖੁਸ਼ ਹਾਂ ਜੀ, ਲੋਕਾਂ ਨੂੰ ਤਾਂ ਆਪਾਂ ਖੁਸ਼ ਕਰ ਹੀ ਨਹੀਂ ਸਕਦੇ ਇਹ 'ਚ। ਇਹ ਤਾਂ ਗੱਲ ਹੈਗੀ ਵੀਰੇ, ਅਜੇ ਤਾਂ ਬਾਕੀ ਬਈ ਬੱਚਾ ਇਹਨੇ ਅਜੇ ਬਣਨਾ, ਕਾਫੀ ਚੇਂਜ ਹੋ ਗਿਆ ਮੇਰੇ ਕੋਲ, ਆਏ ਨੂੰ ਜਨਵਰੀ 'ਚ ਆਇਆ ਸੀਗਾ ਵੀਰੇ, ਠੀਕ ਹੈ, ਅਪ੍ਰੈਲ ਚੱਲ ਰਹੀ ਆ, 3.5-4 ਮਹੀਨੇ ਹੋਏ ਆ ਹਾਂਜੀ ਕਿ ਅੱਗੇ ਨਾਲ ਬਹੁਤ ਜ਼ਿਆਦਾ ਚੇਂਜ ਹੋ ਗਿਆ, ਧੌਣ ਧੌਣ ਬਣੀਆਂ ਬਣੀਆਂ ਬਹੁਤ ਸੋਹਣਾ ਇਹਦਾ ਵੀਰੇ, ਅਤੇ ਅਜੇ ਬਣਦਾ ਜਾ ਰਿਹਾ ਲੰਬੇ ਤਾਂ ਵੀਰੇ ਬੱਚਾ ਆ ਗਏ ਤਾਂ ਇਹਨੇ 2 ਦੰਦ ਹੋਣਾ ਜੀ, ਫਿਰ 4 ਦੰਦ ਹੋਣਾ, ਫਿਰ ਵੀਰੇ ਪੰਜਾਰੇ ਲੱਗਣਾ, ਯਾਨੀ ਸਬਰ ਚਾਹੀਦਾ ਕੰਮ 'ਚ, ਠੀਕ ਹੈ ਬਈ। ਪੰਜ ਸਹੀ ਤਾਂ 7 ਸਾਲ ਦਾ ਘੋੜਾ ਵੱਧ, ਯਾਨੀ 5 ਸਾਲ ਤੱਕ ਦਾ ਇਹਨੇ ਵਧੀ ਜਾਣਾ ਵੀਰੇ, ਵਧੀ ਹੋ ਜਾਣਾ ਬਾਈ, ਊਂ ਘੋੜਾ ਯਾਨੀ ਪੁਰਾਣੇ ਲੋਕਾਂ ਦੀ ਸਮਝ ਆ, ਯਾਨੀ ਜਿਹਨਾਂ ਤੋਂ ਆਪਾਂ ਚਲੋ ਇੱਕ ਨੌਲੇਜ ਲੈਣਾ ਜਾਂ ਆਪਣੇ ਵੱਡੇ ਕਹਿ ਸਕਦੇ ਆਪਾਂ, ਉਹ 7 ਸਾਲ ਤੱਕ ਘੋੜਾ ਹਾਈਟ ਕਰਦੇ ਆਉਂਦਾ, ਮਾੜਾ ਮਾੜਾ ਕਈ 4 ਦੰਦ ਤੋਂ ਬਾਅਦ ਵੱਧਦੇ ਆ, ਕਈ 2 ਦੰਦ ਤੱਕ ਵਧੀਆ ਇੱਕੋ ਦਮ ਹੀ ਵਧੀਆ ਹੁੰਦੇ ਜਿਹੜੇ ਜਾਨਵਰ। ਬਿਲਕੁਲ, ਕੱਲੀ ਹਾਈਟ ਨਹੀਂ ਬਾਈ, ਛਾਤੀ ਬਣਾਉਣੀ ਜਾਨਵਰਾਂ ਦਾ, ਪਿੱਠ ਪੋੜਾ ਬਣਾਉਣਾ, ਹੈ ਨਾ, ਉਮਰ ਤੱਕ ਜਦੋਂ ਜਿੰਨਾ ਟਾਈਮ ਪੂਰਾ ਮੈਚਿਓਰ ਨਹੀਂ ਹੁੰਦਾ ਘੋੜਾ ਵੱਧਦਾ ਫੁੱਲਦੀ ਰਹਿੰਦਾ, ਹਾਈਟ ਨਹੀਂ ਮੈਟਰ ਕਰਦੀ, ਕੁਆਲਿਟੀ ਮੈਟਰ ਕਰਦੀ ਹੈ, ਸਭ ਕੁਛ ਉਹਦੇ 'ਚ ਜਿਵੇਂ ਚੈਸਟ ਟੋਪ ਲਾਈਨ ਕਲੀਅਰ ਚਾਹੀਦੀ ਹੈ, ਨੈੱਕ ਜੀ, ਫਿਰ ਹਾਈਂਡਸ, ਮਗਰ ਹਰੇਕ ਚੀਜ਼ ਪਰਫੈਕਟ ਹੋਣੀ ਚਾਹੀਦੀ, ਹਾਈਟ ਭਲਾ ਦੀ 1 ਇੰਚ ਘੱਟ ਹੀ ਹੋਵੇ ਆਪਾਂ ਕਹਿ ਸਕਦੇ ਹਾਂ ਕਿ ਸਪੂਰਨ ਹੋਵੇ ਸਾਰੇ ਪਾਸੋਂ, ਕੂੜਾ ਪਰਫੈਕਟ ਹੋਵੇ ਜੀ, ਜਾਂ ਬਸ਼ੇਰਾ ਜਾਂ ਬਸ਼ੇਰੀ ਦੀ ਗੱਲ ਕਰਦੇ ਆਪਾਂ। ਬਿਲਕੁਲ ਵੀਰੇ, ਸੋ ਅੱਜ ਬਾਈ ਦਾ ਇਹ ਬਸ਼ੇਰਾ ਆਪਾਂ ਨੇ ਓਪਨ ਫੋਰ ਸਟਾਰਟ ਕਰਤਾ, ਵੈਸੇ ਬਾਈ ਕਹਿੰਦਾ ਵੀ ਕਈ ਘੋੜੀਆਂ ਮਿਲਾ ਵੀ ਦਿੱਤੀਆਂ, 41,000 ਫੀਸ ਰੱਖੀ ਆ ਅਤੇ 63.5 ਇੰਚ ਹਾਈਟ ਹੋ ਗਈ ਇਹਦੀ, ਅਤੇ ਖੀਰਾ ਅਜੇ ਬੱਚਾ 28-29 ਮਹੀਨੇ ਉਮਰ ਆ ਬਾਈ ਬੱਚੇ ਦੀ, 29 ਕੇ ਆਸ ਪਾਸ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਮੈਲ ਕਰ ਜੂਗਾ, ਯਾਨੀ ਕਿ 1-2 ਮਹੀਨੇ ਤੱਕ ਕਰਨ ਲੱਗ ਪਊ ਇਹ, ਠੀਕ ਹੈ ਵੀਰੇ। ਅਤੇ ਇੱਕ ਆਪਣੀ ਬਸ਼ੇਰੀ ਆਪਾਂ ਜਿਹੜੀ ਦਿਖਾਈਏ ਵੀਰੇ, ਮੱਥੇ ਪਟਾ ਅਤੇ 2 ਪੈਰ ਚਿੱਟੇ ਆ ਉਹਦੇ ਜੀ, ਹਾਂਜੀ, ਉਹਦੀ ਕੀ ਡਿਟੇਲ ਹੈ ਵੀਰੇ? ਉਹ ਵੀਰੇ ਆਪਣਾ ਭਰਾ ਹੀ ਆ ਰਣਦੀਪ ਦਿਓਲ ਜੀ, ਉਹਦੇ ਕੋਲ ਘੋੜਾ ਅਭਿਸ਼ੇਕ, ਰਾਜ ਅਭਿਸ਼ੇਕ, ਹਾਂਜੀ ਹਾਂਜੀ ਹਾਂਜੀ, ਉਹਦੀ ਬਸ਼ੇਰੀ ਆ, ਆਪ ਸੀਗਾ ਉਹ ਪਵਰਥਲੇ ਵਾਲੇ ਘੋੜੇ ਦਾ ਨਵਰਤਨ ਦਾ, ਹਾਂਜੀ ਹਾਂਜੀ, ਗਾਂ ਉਹਦੀ ਮਾਂ ਹੈਗੀ ਆ, ਕਾਫੀ ਸ਼ੋਅ ਜਿੱਤੀ ਹੋਈ ਆ ਮਾਂ ਉਹਦੀ ਜੀ ਵੀਰੇ, ਅਤੇ ਕਾਫੀ ਚੰਗੀ ਬਲੱਡ ਲੈਣਾ, ਉਹ ਵੀ ਨਵੀਂ, ਜਾਣੀ ਪੰਜਾਬ 'ਚ ਜਿਵੇਂ ਅਲੀਸ਼ਾਨ ਹੋ ਗਿਆ, ਉਹ ਕਾਫੀ ਡਿਫਰੈਂਟ ਬਲੱਡ ਲੈਣ 'ਚੋਂ ਹਾਂ, ਤਾਂ ਆਪਾਂ ਉਹਦੀ ਬਸ਼ੇਰੀ ਲਈ ਸੀਗੀ। ਬਿਲਕੁਲ ਵੀਰੇ, ਕਿ ਚਲੋ ਆਪਾਂ ਨੂੰ ਚੰਗੀ ਲੱਗੀ, ਆਉਣ ਵਾਲੇ ਸਮੇਂ 'ਚ ਉਹਨੂੰ ਸ਼ੋਅ ਵਾਸਤੇ ਤਿਆਰ ਕਰ ਰਹੇ ਹਾਂ, ਠੀਕ ਹੈ, ਇਰਾਦਾ ਕਿ ਰਿੰਗ 'ਚ ਉਹਨੂੰ ਉਤਾਰਾਂਗੇ, ਠੀਕ ਹੈ ਬਾਈ। ਅਤੇ ਉਹਦੀ ਕਿੰਨੀ ਉਮਰ ਹੋ ਗਈ ਵੀਰੇ, ਕਿੰਨੀ ਹਾਈਟ ਹੋ ਗਈ ਉਹਦੀ? ਉਹ ਵੀਰੇ ਆਪਾਂ ਲਈ ਬਸ਼ੇਰੀ 20 ਮਹੀਨੇ ਦੇ ਆਸ ਪਾਸ ਵੀਰੇ ਹੋ ਗਈ ਉਹ, ਠੀਕ ਹੈ ਜੀ, ਹਾਂਜੀ ਹਾਂਜੀ। ਅਤੇ ਹਾਈਟ ਕਿੰਨੀ ਕਰ ਗਈ ਵੀਰੇ ਉਹ? ਹਾਈਟ ਵੀਰੇ ਹੋਊਗੀ 61 ਦੇ ਆਸ ਪਾਸ, ਠੀਕ ਹਾਂ, ਜਾਣੀ ਸੋਹਣੀ ਘੋੜੀ ਬਣ ਜੂਗੀ, ਜਿੱਥੋਂ ਤੱਕ ਆਪਾਂ ਨੂੰ ਸਮਝ ਆ ਕਿ 64 ਕੇ ਆਸ ਪਾਸ ਘੋੜੀ ਬਣੂਗੀ, ਚੰਗੀ ਘੋੜੀ ਵੱਡੀਆਂ ਘੋੜੀਆਂ 'ਚ ਤਿਆਰ ਹੋਊਗੀ ਵੀਰੇ ਉਹ, ਲੈਂਥ ਬਹੁਤ ਆ, ਲੈਂਥ ਐਕਸਟਰਾ ਲੈਂਥ ਆ ਉਹਦੀ ਆਮ ਘੋੜੀਆਂ ਨਾਲੋਂ, ਗਰਦਨ ਵੀ ਬਹੁਤ ਸੋਹਣੀ, ਗਰਦਨ ਵੀ, ਨੈੱਕ ਵੀ, ਸਭ ਕੁਛ, ਟੋਪ ਲਾਈਨ ਵੀ ਬਸ਼ੇਰੀ ਦਾ ਬੜਾ ਕਲੀਨ ਜਿਹਾ, ਬਹੁਤ ਸੋਹਣਾ ਰਿਜ਼ਲਟ ਦਿੱਤਾ। ਮੈਂ ਤਾਂ ਕਾਫੀ 3-4 ਬੱਚੇ ਦੇਖੇ ਆ ਕਿ ਸੋਹਣਾ ਘੋੜਾ ਸੁਗਾਉਂਦਾ ਹੋ ਜਿੱਥੇ ਵੀ ਸੁਗਾਉਂਦਾ, ਠੀਕ ਹੈ। ਇੱਕ ਬਸ਼ੇਰੀ ਉਹਦੇ ਪਿਛਲੇ ਸਾਲ ਆਪਣੇ ਫਰੈਂਡ ਕੋਲ ਸ਼ੋਅ ਵੀ ਜਿੱਤੀ ਹੈ ਜੀ ਕਾਫੀ ਉਹ। ਅੱਛਾ ਬਾਈ, ਹਾਂਜੀ ਹਾਂਜੀ, ਠੀਕ ਹੈ ਜੀ ਬਾਈ। ਮਤਲਬ ਤੁਸੀਂ ਚਲੋ ਸੇਲ ਪਰਚੇਜ਼ ਦਾ ਵੀ ਨਾਲ ਕੰਮ ਕਰਦੇ ਹੋ ਨਾ ਤੁਸੀਂ ਬਾਈ, ਮੈਂ ਦੇਖਿਆ ਤੁਸੀਂ ਪਹਿਲਾਂ ਦਿਲਬਾਗ ਦੀਆਂ ਬੱਚੀਆਂ ਵੀ ਲਈਆਂ ਨੇ, ਹੈ ਨਾ, ਅਕਸਰ ਆਪਾਂ ਮਾਰਕੀਟ 'ਚ ਸੁਣਦੇ ਰਹਿੰਦੇ ਹਾਂ, ਸੇਲ ਪਰਚੇਜ਼ ਵੀ ਵਧੀਆ ਮਤਲਬ ਧੜੱਲੇ ਨਾਲ ਕਰਦੇ ਹੋ ਨਾ ਤੁਸੀਂ ਬਾਈ, ਬਲੱਡ ਲਾਈਨ 'ਤੇ ਜ਼ਿਆਦਾ ਫੋਕਸ ਕਰਦੇ ਹੋ ਸੇਲ ਪਰਚੇਜ਼ ਟਾਈਮ ਜੀ? ਬਲੱਡ ਲਾਈਨ ਵੀ ਠੀਕ ਹੈ ਮੈਂ, ਪਰ ਚਾਹੀਦਾ ਜ਼ਰੂਰ, ਪਰ ਕਿ ਫਸਟ ਮੈਂ ਜਾਨਵਰ ਦੇਖਦਾ, ਮੈਨੂੰ ਕੋਈ ਘੋੜੇ ਤੱਕ ਮਤਲਬ ਨਹੀਂ, ਇਹ ਕਾਂਠੇ ਦਾ ਜਾਂ ਦਿਲਬਾਗ ਦਾ ਜਾਂ
ਕੋਈ ਵੀ ਪਹਿਲਾਂ ਦਾ ਜਾਨਵਰ ਦੇਖੀਦਾ ਕਿ ਪਿਓਰ ਯਾਨੀ ਕਿ ਕੁਆਲਿਟੀ ਕੁਆਲਿਟੀ ਪੂਰੀ ਪਰਫੈਕਟ ਆ, ਫਿਰ ਉਹਦਾ ਮਦਰ ਫਾਦਰ ਵੇਖੀਦਾ ਠੀਕ ਹੈ ਕਿ ਮੈਂ ਸ਼ੁਰੂ ਤੋਂ ਜਿੰਨੇ 2008-09 ਤੋਂ ਘੋੜੀ ਲਈ ਸੀਗੀ, ਜਿਹੜੀ ਘੋੜੀ ਮੇਰੇ ਕੋਲ ਸ਼ੋਅ ਜਿੱਤੀ ਸੀ ਉਦੋਂ 3 ਸਾਲ ਮੁਕਤਸਰ ਵੀ ਜਿੱਤੀ ਸੀਗੀ ਔਰ 3 ਜ਼ਿਲ੍ਹਿਆਂ 'ਚ ਫਸਟ ਵੀ ਲੱਗੀ ਸੀਗੀ। ਉਹਦੀ ਕੋਈ ਮੈਨੂੰ ਮਾਂ ਦਾ ਨਹੀਂ ਪਤਾ ਸੀਗਾ, ਕੋਈ ਪਿਓ ਦਾ ਨਹੀਂ ਪਤਾ ਸੀਗਾ। ਠੀਕ ਹੈ, ਪੁਰਾਣੇ ਲੋਕ ਜਾਂ ਪੁਰਾਣੇ ਆਪਾਂ ਜਿੱਥੋਂ ਤੱਕ ਆਪਣੀ ਸਮਝ ਆ ਕਿ ਲੈਣਾ ਤਾਂ ਵੀਰੇ ਹੁਣ ਬਣੀਆਂ 5-7 ਸਾਲ ਤੋਂ ਜ਼ਿਆਦਾ, ਕਿ ਇੱਕ ਲੋਕ ਚੱਲ ਪਏ ਲੈਣਾ ਮਗਰ ਸਟੈਂਪਾਂ ਮਗਰ। ਠੀਕ ਹੈ ਵੀਰੇ, ਕਿ ਪਹਿਲਾਂ ਤਾਂ ਇੱਕ ਘੋੜੀ ਖੜੀ ਦੇਖਦੇ ਹੁੰਦੇ ਸੀਗੇ ਕਿ ਘੋੜੀ ਦਾ ਕੱਦ ਬਾਡਾ ਸੋਹਣਾ, ਚੰਗਾ ਸੂਗੀ ਜਾਂ ਚੰਗਾ ਘੋੜਾ ਜੰਮੂਗਾ, ਫਿਰ ਉਹਨੂੰ ਲੈ ਲੈਂਦੇ ਸੀਗੇ। ਕਿ ਆਪਣੇ ਲੋਕ ਹੁਣ ਜ਼ਿਆਦਾ ਸਟੈਂਪਾਂ ਵੇਖ ਲੈਂਦੇ, ਕੱਦ ਦੀ ਭਲਾਂ 58-59 ਹੀ ਰਹਿ ਜੇ ਉਹ। ਕਿ ਆਪਾਂ ਸਰ ਪਹਿਲਾਂ ਜਾਨਵਰ ਕੁਆਲਿਟੀ ਦੇਖੀ ਦੀ ਆ, ਫਿਰ ਵੇਖੀਦਾ ਇਹਦਾ ਪਿਓ ਕਿਹੜਾ ਜਾਂ ਇਹਦੀ ਮਾਂ ਕਿਹੜੀ ਆ। ਠੀਕ ਹੈ ਬਾਈ, ਅਤੇ ਆਟੋਮੈਟਿਕ ਵੀਰੇ ਜੇ ਆਪਾਂ ਜਾਨਵਰ ਦੇਖ ਕੇ ਲਵਾਂਗੇ ਤਾਂ ਆਪਾਂ ਨੂੰ ਕੋਈ ਵੀ ਜਾਂ ਘਾਟਾ ਜਾਂ ਆਪਾਂ ਨੂੰ ਆਏ ਨਹੀਂ ਹੋਊਗਾ ਯਾਰ ਆਪਾਂ ਗਲਤ ਚੀਜ਼ ਲੈ ਲਈ। ਸਟੈਂਪ ਵੇਖ ਕੇ ਮੈਂ ਕਦੇ ਵੀ ਜਾਨਵਰ ਨਹੀਂ ਲਿਆ ਵੀਰੇ, ਜੋ ਮੇਰੀ ਸਮਝ ਆ ਲੋਕਾਂ ਨੂੰ, ਚਲੋ ਆਪਾਂ ਕੁਛ ਮਰਜ਼ੀ ਕਰੀ ਜਾਣਾ ਮਾਰਕੀਟ 'ਚ, ਬਿਲਕੁਲ ਕੋਈ ਇਸ਼ੂ ਹੈ ਨਹੀਂ ਉਹਨਾਂ ਤੱਕ। ਸਹੀ ਗੱਲ, ਕਿਉਂਕਿ ਬਈ ਇਕੱਲਾ ਜਿਵੇਂ ਆਪਾਂ ਕਹੀਏ ਦਾਰਾ ਸਿੰਘ ਨੇ ਵੀ ਨਹੀਂ ਦਾਰਾ ਜੰਮਿਆ, ਹੈ ਨਾ। ਹਾਂ, ਬੋਰਡ ਥੱਲੇ ਬੋਰਡ ਤਾਂ ਵੀਰੇ ਬਹੁਤ ਘੱਟ ਲੱਗਦੇ ਆ, ਕਿ ਜੇ ਆਪਾਂ ਸਟੈਂਪ ਵੇਖ ਕੇ ਕੰਮ ਕਰਾਂਗੇ ਤਾਂ ਮੈਂ ਉਹ ਚੀਜ਼ ਖੁਸ਼ ਨਹੀਂ। ਜੇ ਆਪਾਂ ਘੋੜੀ ਜਾਂ ਹੁੰਦਲੇ ਰੋਵੇ ਤਾਂ ਉਹਨੇ ਆਟੋਮੈਟਿਕ ਉਹਨੇ ਚੰਗਾ ਜੰਮਣਾ ਹੀ ਹੈ ਵੀਰੇ, ਜੰਮਣੀ ਜੰਮਣਾ ਬਾਈ। ਫਿਰ ਬਲੱਡ ਲੈਣ ਮਗਰ ਵੇਖੋ, ਬਲੱਡ ਲੈਣ ਚਲੋ ਸਰ ਇਹ ਚੀਜ਼ ਆ ਕਿ ਆਪਾਂ ਨੂੰ ਸਮਝ ਲੱਗ ਜਾਂਦੀ ਆਪਾਂ ਕਿਤੋਂ ਇਹਨੂੰ ਕ੍ਰੋਸ ਕਰਾ ਸਕਦੇ ਹਾਂ। ਠੀਕ ਹੈ ਵੀਰੇ, ਇਹਦਾ ਕਿਹੜੇ ਘੋੜੇ ਨਾਲ ਤਾਲਮੇਲ ਵਧੀਆ ਪੈ ਸਕਦਾ ਜਾਂ ਇਹਦੇ 'ਚ ਕਿਹੜੀ ਮਾਈਨਸ ਪੁਆਇੰਟ ਆ ਉਹਦੇ ਪਲੱਸ ਪੁਆਇੰਟ ਹੋਣ। ਠੀਕ ਹੈ, ਇਹ ਚੀਜ਼ਾਂ ਚਲੋ ਹੋਣੀਆਂ ਜ਼ਰੂਰੀ ਵੀ ਆ, ਪਰ ਨੇਰਾ ਪੂਰਾ ਇਕੱਲੇ ਸਟੈਂਪ ਮਗਰ ਵੀ ਨਹੀਂ ਜਾਣਾ ਚਾਹੀਦਾ ਵੀਰੇ। ਸਹੀ, ਅਤੇ ਬਹੁਤ ਘੱਟ ਬੱਚੇ ਆ ਬਈ ਭਾਰਤ ਰਤਨ ਦੇ, ਮੈਨੂੰ ਲੱਗਦਾ ਆਪਣੇ ਪੰਜਾਬ ਦੇ ਵਿੱਚ ਜੇ ਹੁਣ ਦੇਖਿਆ ਜਾਵੇ। ਮੇਰੇ ਸਾਹਮਣੇ ਵੀਰੇ ਜਿੱਥੋਂ ਦਾ ਚਲੋ ਮੈਨੂੰ ਸਮਝ ਆ ਕਿ ਬਛੇਰੇ 3-4 ਹੀ ਹੋਣਗੇ ਪੰਜਾਬ 'ਚ, ਬਹੁਤ ਘੱਟ ਬਛੇਰੇ ਆ। ਸਹੀ ਗੱਲ ਹੈ ਵੀਰੇ, ਕਿ ਆਉਣ ਵਾਲੇ ਸਮੇਂ 'ਚ ਮੇਰੇ ਹਿਸਾਬ ਨਾਲ ਕਿ ਜੋ ਵਾਹਿਗੁਰੂ ਤੰਦਰੁਸਤੀ ਬਖਸ਼ੇ ਬੱਚੇ ਨੂੰ, ਗੱਲਾਂ ਇਹਦੀਆਂ ਕਰਾਵਾਂਗੇ, ਪੂਰਾ ਸਾਂਭ ਕੇ ਉਹਨੂੰ ਮਾਰਕੀਟ 'ਚ ਦਿਖਾਊਂਗਾ ਮੈਂ। ਬਿਲਕੁਲ ਜੀ, ਲਓ ਜੀ ਬਾਈ ਦਾ ਬਛੇਰਾ ਦਿਖਾਇਆ, ਤੁਹਾਨੂੰ ਬਛੇਰਾ ਕਿਵੇਂ ਲੱਗਿਆ, ਗੱਲਾਂ ਬਾਤਾਂ ਕਿਵੇਂ ਲੱਗੀਆਂ, ਕਮੈਂਟ ਕਰਕੇ ਜ਼ਰੂਰ ਦੱਸਿਓ। ਬਹੁਤ ਬਹੁਤ ਧੰਨਵਾਦ ਬਾਈ ਜੀ। ਧੰਨਵਾਦ ਵੀਰੇ।